ਹਾਂਜੀ ਵੈਲਕਮ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਲੈ ਕੇ ਆਏ ਹਾਂ ਜੀ ਨਵੀਂ ਵੀਡੀਓ ਜਿਹੜੀ ਸਟਾਫ ਨਰਸ ਦੀ ਵੈਰੀਫਿਕੇਸ਼ਨ ਚੱਲ ਰਹੀ ਆ ਉਸ ਦੇ ਰਿਗਾਰਡਿੰਗ ਤੁਸੀਂ ਬਹੁਤ ਸਾਰੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕੀਤੇ ਆ ਸੋ ਉਹਨਾਂ ਸਾਰਿਆਂ ਦਾ ਜਵਾਬ ਰਿਪਲਾਈ ਕਰਾਂਗੇ ਕਾਫੀ ਸਾਰੇ ਕਮੈਂਟ ਜਿਨ੍ਹਾਂ ਦਾ ਮੈਂ ਸੋਚਿਆ ਵੀ ਰਿਪਲਾਈ ਕਰਨਾ ਚਾਹੀਦਾ ਵਾ ਸੋ ਉਹਨਾਂ ਨੂੰ ਮੈਂ ਸਿਲੈਕਟ ਕੀਤਾ ਵਾ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਮੋਸਟ ਇੰਪੋਰਟੈਂਟ ਵੀਡੀਓ ਆ ਤੁਹਾਡੇ ਸਾਰਿਆਂ ਲਈ ਜਿਹੜੇ ਬੱਚੇ ਹਲੇ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਉਣ ਜਾ ਰਹੇ ਆ ਠੀਕ ਹੈ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਹੀ ਰਿਕੁਐਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬ ਲਵੋ ਤਾਂ ਕਿ ਤੁਹਾਨੂੰ ਹਰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਦਾ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਠੀਕ ਹੈ ਜੀ ਸੋ ਆਪਾਂ ਸ਼ੁਰੂ ਕਰਦੇ ਆਪਣੀ ਅੱਜ ਦੀ ਵੀਡੀਓ ਫਸਟ ਕਮੈਂਟ ਆ ਜੀ ਜਿਹੜਾ ਕੀਤਾ ਵਾ ਕਿ ਇੱਕ ਬੱਚੇ ਨੇ ਕੀਤਾ ਕਿ ਐਸ ਸੀ ਐਮ ਐਂਡ ਵੀ ਈ ਐਸ ਐਮ ਰਿਲੇਸ਼ਨ ਵਾਲਾ ਸਰਟੀਫਿਕੇਟ ਦੀ ਫੋਟੋਕਾਪੀ ਲੈ ਕੇ ਜਾਣੀ ਆ ਜਾਂ ਨਹੀਂ ਲੈ ਕੇ ਜਾਣੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜਾ ਸਟਾਫ ਨਰਸ ਦਾ ਪਰਫਾਰਮਾ ਵਾ ਉਹਦਾ ਜਿਹੜਾ ਸੈਕੰਡ ਪੇਜ ਆ ਹਨਾ ਉਹਨੂੰ ਧਿਆਨ ਨਾਲ ਰੀਡ ਕਰ ਲਓ ਉੱਥੇ ਗਿਣਤੀ ਦੇ 8-10 ਕਿ ਡਾਕੂਮੈਂਟ ਉਹਨਾਂ ਨੇ ਲਿਖੇ ਹੋਏ ਆ ਠੀਕ ਆ ਉਹ ਤੁਸੀਂ ਤਿਆਰ ਕਰ ਲਓ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਜਿੰਦਾ ਇਹਦਾ ਕੈਟਾਗਰੀ ਆ ਜਿਹੜੀ ਕੋਈ ਵੀ ਬੱਚਾ ਜਿਹੜਾ ਕਿਸੇ ਵੀ ਕੈਟਾਗਰੀ ਨੂੰ ਬਿਲੋਂਗ ਕਰਦਾ ਉਹਦੇ ਕੋ ਕੈਟਾਗਰੀ ਦਾ ਸਰਟੀਫਿਕੇਟ ਹੈਗਾ ਜਿਵੇਂ ਐਸਸੀ ਐਮਐਨਬੀ ਦਾ ਸਰਟੀਫਿਕੇਟ ਈਐਸਐਮ ਰਿਲੇਸ਼ਨ ਵਾਲਾ ਜੇ ਸਰਟੀਫਿਕੇਟ ਹੈਗਾ ਵਾ ਪਹਿਲਾਂ ਤੁਸੀਂ ਉਹ ਸਾਰੇ ਡਾਕੂਮੈਂਟ ਤਿਆਰ ਕਰਕੇ ਜੇ ਤੁਹਾਡੇ ਕੋਈ ਐਕਸਟਰਾ ਡਾਕੂਮੈਂਟ ਵੀ ਹੈਗਾ ਤਾਂ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਠੀਕ ਆ ਦਿਖਾ ਦਿਓ ਜੇ ਲੋਡ ਹੋਈ ਉਹ ਫਾਈਲ ਦੇ ਵਿੱਚ ਰੱਖ ਲੈ ਮਤਲਬ ਨਾਲ ਅਟੈਚ ਕਰ ਦਿਓ ਨਹੀਂ ਤਾਂ ਵਾਪਸ ਆਜੂਗਾ ਇਹ ਚ ਕੋਈ ਚੱਕਰ ਨਹੀਂ ਜਿਹੜਾ ਵੀ ਤੁਹਾਡੇ ਕੋਲ ਸਰਟੀਫਿਕੇਟ ਹੈਗਾ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਕੋਈ ਐਡਾ ਭਾਰ ਨਹੀਂ ਲੱਗਦਾ ਹੁੰਦਾ ਹਨਾ ਠੀਕ ਆ ਸੋ ਜਿਹੜੇ ਮੇਨ ਉਹ ਡਾਕੂਮੈਂਟ ਉਥੇ ਲਿਖਿਆ ਕੈਟਾਗਰੀ ਦਾ ਤੁਹਾਡੇ ਕੋਲ ਮੇਨ ਡਾਕੂਮੈਂਟ ਹੋਣਾ ਚਾਹੀਦਾ ਠੀਕ ਆ ਤੇ ਦੂਸਰਾ ਕਮੈਂਟ ਹੈ ਜੀ ਕਿ ਜਰਨਲ 42 ਮਾਰक्स ਵਾਲੇ ਬੱਚਿਆਂ ਦਾ ਕੋਈ ਚਾਂਸ ਹੈ ਸੋ ਦੇਖੋ ਜੀ ਜਨਰਲ 42 ਵਾਲਿਆਂ ਦਾ ਮੁਸ਼ਕਿਲ ਆ ਕਿਉਂਕਿ ਜਿਹੜੀ ਲਿਸਟ ਆਈ ਆ 1326 ਕੈਂਡੀਡੇਟ ਦੀ ਸੋ ਉਹਦੇ ਚ ਜਨਰਲ ਵਾਲੇ ਤਾਂ ਹਲੇ ਬਹੁਤ ਉੱਤੇ ਨੰਬਰ ਫਿਰ ਰਹੇ ਨੇ ਠੀਕ ਆ ਜੀ 42 ਦਾ ਕਾਫੀ ਮੁਸ਼ਕਿਲ ਚਾਂਸ ਲੱਗ ਰਿਹਾ ਆ ਜੀ ਸੋ ਜੇ ਕੋਈ ਇਹਨਾਂ ਦੇ ਵਿੱਚੋਂ ਕਾਫੀ ਬੱਚੇ ਐਬਸੈਂਟ ਹੁੰਦੇ ਆ ਜਾਂ ਕਾਫੀਆਂ ਦੀ ਮਿਸਟੇਕ ਹੁੰਦੀ ਆ ਕੋਈ ਅਗਲੀ ਲਿਸਟ ਆਉਂਦੀ ਆ ਤਾਂ ਆਪਾਂ ਕਹਿ ਸਕਦੇ ਆ ਬਟ ਫਿਲਹਾਲ ਤਾਂ ਮੁਸ਼ਕਿਲ ਆ ਠੀਕ ਆ ਜੀ ਇਹ ਤੀਸਰਾ ਕਮੈਂਟ ਆ ਜੀ ਕਾਫੀ ਸਾਰੇ ਬੱਚਿਆਂ ਦੇ ਕਮੈਂਟ ਆਇਆ ਕਿ ਜਿੱਦਾਂ ਨੰਬਰ ਉਹਨਾਂ ਦੇ ਵਧੀਆ ਨੇ 50 ਪਲੱਸ ਨੰਬਰ ਆ ਬਟ ਉਹਨਾਂ ਨੇ ਕੈਟਾਗਰੀ ਆ ਜਿਹੜੀ ਜਦੋਂ ਆਨਲਾਈਨ ਅਪਲਾਈ ਕੀਤਾ ਸੀ ਤਾਂ ਉਹ ਕੈਟਾਗਰੀ ਗਲਤ ਫਿਲ ਕਰਤੀ ਸੋ ਇਹ ਬਹੁਤ ਹੀ ਧਿਆਨ ਦੇਣ ਵਾਲੀ ਗੱਲ ਆ ਬਹੁਤ ਸਾਰੇ ਬੱਚੇ ਕੀ ਕਰਦੇ ਆ ਨਾ ਕੈਫੇ ਤੋਂ ਤੋਂ ਜਾ ਕੇ ਹਨਾ ਡਾਕੂਮੈਂਟ ਆਨਲਾਈਨ ਫਾਰਮ ਫਿਲ ਕਰਵਾ ਲੈਂਦੇ ਆ ਕੈਫੇ ਵਾਲੇ ਪਤਾ ਕੀ ਕਰਦੇ ਆ ਕਾਲੀ-ਕਾਲੀ ਦੇ ਵਿੱਚ ਨਾ ਤੁਹਾਡੀ ਕੈਟਾਗਰੀ ਹੋਰ ਹੀ ਫਿਲ ਕਰ ਦਿੰਦੇ ਆ ਇਹਦੇ ਰਿਗਾਰਡਿੰਗ ਯੂਨੀਵਰਸਿਟੀ ਟਾਈਮ ਦਿੰਦੀ ਹੁੰਦੀ ਹੈ ਜੀ ਆਪਾਂ ਜਿੱਦਾਂ ਜਿੱਦਾਂ ਮੰਨ ਲਓ ਆਪਾਂ ਹਫਤਾ ਅੱਗੋਂ ਫਾਰਮ ਫਿਲ ਕਰਵਾਤਾ ਜਾਂ ਇੱਕ ਦਿਨ ਅੱਗੋਂ ਕਰਵਾਤਾ ਉਹਨਾਂ ਨੇ ਤਾਂ ਚਲੋ ਕੀ ਕਰਨਾ ਬਟ ਜਿਨ੍ਹਾਂ ਨੇ ਪਹਿਲਾਂ ਕਰਿਆ ਹੁੰਦਾ ਉਹਨਾਂ ਕੋਲ ਟਾਈਮ ਹੁੰਦਾ ਆਪਾਂ ਆਨਲਾਈਨ ਆਪਣੇ ਫਾਰਮ 'ਚ ਕਰੈਕਸ਼ਨ ਕਰ ਸਕਦੇ ਹੁੰਦੇ ਆ ਜੇ ਕੈਟਾਗਰੀ ਗਲਤ ਭਰੀ ਗਈ ਨਾਂ 'ਚ ਕੋਈ ਮਿਸਟੇਕ ਆ ਕੋਈ ਵੀ ਮਿਸਟੇਕ ਆ ਆਪਾਂ ਕਰੈਕਸ਼ਨ ਕਰ ਸਕਦੇ ਹੁੰਦੇ ਆ ਪਰ ਜਦੋਂ ਫਾਰਮ ਫਿਲ ਹੋ ਗਿਆ ਐਪਲੀਕੇਸ਼ਨ ਲੌਗ ਹੋ ਗਈ ਉਸ ਤੋਂ ਬਾਅਦ ਜੇ ਆਪਾਂ ਕਰੈਕਸ਼ਨ ਕਰਾਂਗੇ ਵੀ ਤਾਂ ਵੀ ਉਹ ਆਪਣੀ ਨਹੀਂ ਹੁੰਦੀ ਹੁੰਦੀ ਸੋ ਜਿਹੜੇ ਬੱਚੇ ਨੇ ਕੈਟਾਗਰੀ ਗਲਤ ਭਰੀ ਹੈ ਜੀ ਉਹਦਾ ਹੱਲੇ ਤਾਂ ਫਿਲਹਾਲ ਕੋਈ ਹੱਲ ਨਹੀਂ ਹੈਗਾ ਠੀਕ ਆ ਸੋ ਇਹ ਤੁਸੀਂ ਕੈਟਾਗਰੀ ਸਹੀ ਸੋ ਜਦੋਂ ਫਾਰਮ ਫਿਲ ਕਰਦੇ ਹੋ ਮੋਸਟਲੀ ਜਿਹੜਾ ਇਹ ਆਪਾਂ ਬਾਬਾ ਫਰੀਦ ਯੂਨੀਵਰਸਿਟੀ ਆ ਜਿਹੜੀ ਹੁਣ ਆਨਲਾਈਨ ਆਪਾਂ ਫਿਲ ਕਰਦੇ ਆ ਆਨਲਾਈਨ ਤੇ ਮੈਂ ਤੁਹਾਨੂੰ ਵੀਡੀਓ ਵੀ ਬਣਾਈ ਵੀ ਹੋਈ ਆ ਪਹਿਲਾਂ ਮੈਂ ਇੱਕ ਹੋਰ ਵੀਡੀਓ ਵੀ ਬਣਾ ਦੂੰਗਾ ਜਦੋਂ ਹੁਣ ਲੋਡ ਪਊਗੀ ਸੋ ਆਪ ਹੀ ਫਿਲ ਕਰਿਆ ਕਰੋ ਜੀ ਧਿਆਨ ਨਾਲ ਫੋਨ smartphone ਹਰੇ ਕੋਲ smartphone ਤੋਂ ਆਪਾਂ ਆਪ ਹੀ ਆਨਲਾਈਨ ਫਾਰਮ ਫਿਲ ਕਰ ਸਕਦੇ ਆ ਕੈਫੇ ਵਾਲਿਆਂ ਦੇ ਚੱਕਰਾਂ 'ਚ ਨਾ ਪਿਆ ਕਰੋ ਉਹਨਾਂ ਨਾਲੇ ਤਾਂ ਤੁਹ ਪੈਸੇ ਲੈ ਲੈਂਦੇ ਆ ਨਾਲੇ ਗਲਤ ਫਿਲ ਕਰਵਾ ਦਿੰਦੇ ਆ ਠੀਕ ਆ ਜੀ ਸੋ ਫਿਲਹਾਲ ਇਹਦਾ ਹਾਲੇ ਕੋਈ ਸੋਲੂਸ਼ਨ ਨਹੀਂ ਹੈਗਾ ਜਿਨ੍ਹਾਂ ਦੀ ਗਲਤ ਭਰੀ ਹੋਈ ਆ ਉਹਨਾਂ ਦਾ ਸਾਰਾ ਕੁਝ ਕਿਉਂਕਿ ਰੈਡੀ ਹੋ ਚੁੱਕਿਆ ਵਾ ਮੈਰਿਟ ਬਣ ਚੁੱਕੀ ਆ ਸਾਰਾ ਕੁਝ ਹੋ ਚੁੱਕਿਆ ਵਾ ਫਿਰ ਵੀ ਇੱਕ ਵਾਰ ਤੁਸੀਂ ਪਰ ਡਾਕੂਮੈਂਟ ਵੈਰੀਫਿਕੇਸ਼ਨ ਜ਼ਰੂਰ ਕਰਵਾਇਓ ਉਥੋਂ ਕਨਫਰਮ ਵੀ ਕਰ ਲਿਓ ਠੀਕ ਆ ਤੇ ਨੈਕਸਟ ਆ ਜੀ ਸਰ ਡੀਗ੍ਰੇਡੇਸ਼ਨ ਸਪੋਰਟ ਸਚ ਚਾਹੀਦਾ ਜਾਂ ਨਹੀਂ ਹਾਂ ਜੀ ਜੇ ਹੈਗਾ ਵਾ ਤਾਂ ਬਹੁਤ ਵਧੀਆ ਗੱਲ ਹੈ ਲੈ ਕੇ ਜਾਇਓ ਠੀਕ ਆ ਜੀ ਹੋਰਾਂ ਨੂੰ ਬੁਲਾਉਣਗੇ ਇਸ ਤੋਂ ਬਾਅਦ ਹੋਰ ਦੇਖੋ ਜੀ ਹਾਲੇ ਫਿਲਹਾਲ ਹੋਰ ਲਿਸਟ ਕੱਢਣ ਦੇ ਬਹੁਤ ਹੀ ਘੱਟ ਚਾਂਸ ਸਾਹਿਬ ਹਾਂ ਨਿਕਲ ਸਕਦੀ ਆ ਜੇ ਇਹਨਾਂ ਦੇ ਵਿੱਚੋਂ ਇਹਨਾਂ ਦੇ 922 ਕੈਂਡੀਡੇਟ ਨਹੀਂ ਪੂਰੇ ਹੁੰਦੇ ਹਨ ਫਿਰ ਆਊਗੀ ਫਿਰ ਡੈਫੀਨੇਟਲੀ ਆਊਗੀ ਲਿਸਟ ਠੀਕ ਆ ਜੇ ਹੋਗੇ ਅਬਲਾ ਹੋ ਜਾਣਗੇ ਕਿਉਂਕਿ ਕਾਫੀ ਵੱਧ ਬੁਲਾਏ ਹੋਏ ਆ 4-500 ਬੱਚਾ 4 ਚਾਰ 400 ਬੱਚਾ ਹਾਂਜੀ ਨੈਕਸਟ ਹੈ ਜੀ ਮੈਰਿਟ ਨੰਬਰ ਈਡ ਅੱਛਾ ਈਡਲੂ ਐਸ ਜਿਹੜੀ ਆਪਣੀ ਆਈ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਪੁੱਛ ਰਿਹਾ ਵੀ ਉਹਨਾਂ ਨੇ ਕਿਹੜਾ ਮੈਰਿਟ ਲੈ ਨੰਬਰ ਲਿਖਣਾ ਵਾ ਹਨਾ ਦੇਖੋ ਜੀ ਜਿਹੜੇ ਤਾਂ ਈਡਲੂ ਐਸ ਵਾਲੇ ਓਪਨ ਦੇ ਵਿੱਚ ਨੇ ਹਨਾ ਨੀਅਰ ਅਬਾਊਟ 65 ਬਤਨ ਕਿੰਨੇ 68 ਇੰਨੇ ਕ ਬੱਚੇ ਦਾ ਉਹ ਮਤਲਬ ਜਿਹੜੀ ਪਹਿਲਾਂ ਆਈ ਐਲਿਸਟ ਉਹਦੇ ਵਿੱਚ ਹੀ ਨੇ ਉਹਦਾ ਉਹ ਹੀ ਨੰਬਰ ਲਿਖ ਦੇਣਗੇ ਹਨਾ ਠੀਕ ਆ ਈਡਬਲਯੂਐਸ ਵਾਲੇ ਸੋ ਜਿਹੜੀ ਇੱਕ ਬਾਅਦ ਚ ਈਡਬਲਯੂਐਸ ਦੀ ਲਿਸਟ ਆਈ ਆ ਉਹ ਉਸ ਲਿਸਟ ਵਾਲਾ ਲਿਖ ਦਿਓ ਠੀਕ ਆ ਜੀ ਸੋ ਜਿਹੜੀਆਂ ਆਪਣੀਆਂ ਲੇਟੈਸਟ ਡੀਆ ਡੀਆਰ ਐਮਈ ਵੱਲੋਂ ਲਿਸਟਾਂ ਅਪਲੋਡ ਹੋਈਆਂ ਨੇ ਉਹਨਾਂ ਵਾਲਾ ਨੰਬਰ ਹੀ ਤੁਸੀਂ ਲਿਖਣਾ ਠੀਕ ਆ ਡਾਕੂਮੈਂਟ ਵੈਰੀਫਿਕੇਸ਼ਨ ਲਈ ਉਹੀ ਤੁਹਾਨੂੰ ਨੰਬਰ ਦਿੱਤਾ ਗਿਆ ਮੈਰਿਟ ਠੀਕ ਆ ਜੀ ਉਹ ਬਾਬਾ ਫਰੀਦ ਵਾਲਾ 올ਡ ਨੰਬਰ ਨਾ ਲਿਖਿਓ ਸੋ ਇਹ ਕੁਝ ਕਮੈਂਟ ਸੀ ਜਿਨ੍ਹਾਂ ਦਾ ਮੈਂ ਸੋਚਿਆ ਵੀ ਰਿਪਲਾਈ ਜ਼ਰੂਰ ਦੇਣਾ ਚਾਹੀਦਾ ਸੋ ਮੈਂ ਰਿਕੁਐਸਟ ਜ਼ਰੂਰ ਇੱਕ ਵਾਰੀ ਫੇਅਰ ਕਰੂੰਗਾ ਕਿ ਜਿਹੜੇ ਬੱਚੇ ਇਦਾਂ ਫਾਰਮ ਹਨਾ ਕੈਫੀਆਂ ਗੁਫਿਆਂ ਤੋਂ ਭਰਵਾ ਲੈਂਦੇ ਆ ਮਿਸਟੇਕ ਕਰ ਦਿੰਦੇ ਆ ਬਾਅਦ ਚ ਨੰਬਰ ਵਿਚਾਰਿਆਂ ਦੇ ਵਧੀਆ ਆ ਜਾਂਦੇ ਆ ਮੰਨ ਲਓ ਕਿਸੇ ਦੇ 60 ਨੰਬਰ ਨੇ ਹਨਾ ਬੱਚੇ ਦੇ ਇਹਨਾਂ ਇੰਟੈਲੀਜੈਂਟ ਆ ਇਹਨਾਂ ਨੇ ਪੜ੍ਹਾਈ ਤੇ ਧਿਆਨ ਦਿੱਤਾ ਜ਼ੋਰ ਲਾਇਆ ਹਨਾ ਬਟ ਕੈਟਾਗਰੀ ਗਲਤ ਹੋਣ ਕਰਕੇ ਦੇਖੋ ਕਿੰਨਾ ਉਹ ਹੋ ਜਾਂਦਾ ਸੋ ਜਿਨ੍ਹਾਂ ਦੀ ਕੈਟਾਗਰੀ ਗਲਤ ਆ ਉਹ ਇੱਕ ਵਾਰੀ ਨਾ ਪਰ ਦੀ ਸਾਰੀ ਜਦ ਇਹ ਆਪਣੇ ਆਨਲਾਈਨ ਜਾ ਕੇ ਚੈੱਕ ਕਰ ਲਿਆ ਕਰੋ ਵੀ ਕਿਤੇ ਕੁਝ ਗਲਤ ਨਹੀਂ ਹੋ ਤਾਂ ਨਹੀਂ ਹੋ ਗਿਆ ਸੋ ਮਿਲਦੇ ਆ ਜੀ ਉਮੀਦ ਆ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਨਵੇਂ ਨੋਟੀਫਿਕੇਸ਼ਨ ਨਵੇਂ ਸਵਾਲ ਜਵਾਬ ਲੈ ਕੇ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਲੇ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਲੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਲੈ ਕੇ ਧੰਨਵਾਦ